ਭਾਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਅੱਜ ਦਾ ਵਲੋਗ ਕਰਦੇ ਹਾਂ ਆਪਾਂ ਸਟਾਰਟ। ਲਓ ਜੀ, ਜੀਪ ਦਾ ਇੰਜਨ ਫਿੱਟ ਹੋ ਚੁੱਕਿਆ ਹੈ, ਦੇਖ ਸਕਦੇ ਹੋ। ਸਾਰਾ ਫਿੱਟ ਕਰਤਾ, ਫਿਰ ਇਹਦੇ ਉੱਤੇ ਆਪਾਂ ਦੂਜਾ ਤੇਜ਼ਾਬ ਪਾ ਕੇ ਇਹਨੂੰ ਸਾਫ਼ ਕਰਾਂਗੇ, ਲਿਸ਼ਕਾਵਾਂਗੇ ਇੱਕ ਵਾਰੀ ਪੂਰਾ ਇਹਨੂੰ। ਅਲਟੀਨੇਟਰ ਆਪਾਂ ਇਹਦਾ ਪੁਰਾਣੇ ਲਾ ਲਿਆ ਸੀ, ਅਤੇ ਅਲਟੀਨੇਟਰ ਉਹੀ ਰਹਿਣ ਤਾਂ ਆਪਾਂ ਇਹਦਾ, ਉਹ ਛੋਟਾ ਸੀ ਜਿਹੜਾ ਨਾਲ ਆਇਆ ਸੀ, ਵੇਖੀ ਹੋਣੀ ਤੁਸੀਂ ਕੱਲ੍ਹ ਦੀ ਵੀਡੀਓ। ਅਤੇ ਇੱਧਰੋਂ ਸਕਾਟ ਵੀ ਖੁੱਲ੍ਹ ਗਿਆ ਹੈ, ਜਿਹੜੀਆਂ ਇਹਦੀਆਂ ਟੂਬਾਂ ਆਪਾਂ ਦੂਜੀਆਂ ਤੇਲ ਵਾਲੀਆਂ ਕਰਾਂਗੇ ਇਹਨੂੰ, ਤਾਂ ਕਰਕੇ ਖੋਲ੍ਹਿਆ ਹੋਇਆ ਹੈ। ਠੀਕ ਹੈ, ਤੇਲ ਵਾਲੀਆਂ ਬ੍ਰੇਕਾਂ ਕਰਾਂਗੇ ਆਪਾਂ, ਹੋਰ ਵੀ ਤੁਹਾਨੂੰ ਅਪਡੇਟ ਦੇਵਾਂਗੇ ਕੀ ਕਰਨਾ ਆਪਾਂ ਇਹਦਾ। ਫਿਰ ਇਹਦਾ ਸਮਾਨ ਕੱਲ੍ਹ ਨੂੰ ਲਿਆਵਾਂਗੇ, ਤੁਹਾਨੂੰ ਅਪਡੇਟ ਦਿੰਦੇ ਰਹਾਂਗੇ ਹਰ ਵੀਡੀਓ 'ਚ। ਆਪਾਂ ਸਪੀਡ ਵਧਾਵਾਂਗੇ, ਇਹ ਆਪਾਂ ਇਹਦਾ ਕਰਾਉਣ ਪੀਰੀਅਨ ਸਾਰਾ ਚੇਂਜ ਕਰਾਂਗੇ ਇਹਦਾ, ਅਤੇ ਆਪ ਕਿਸੇ ਮਿਸਤਰੀ ਨੇ ਪੁੱਠਾ ਪਾ ਤਾ, ਫਿੱਟ ਕੀਤਾ ਹੋਣਾ ਹੈ, ਇਹ ਇੱਧਰ ਦੀ ਆਉਣਾ ਸੀ ਅਤੇ ਨਿਕਲਦਾ ਨਹੀਂ ਪਿਆ, ਆਪਾਂ ਨਾਲ ਇੱਥੋਂ ਖੋਲ੍ਹ ਕੇ ਇਹਨੂੰ ਬਾਹਰ ਕੱਢਾਂਗੇ। ਆਹ ਦੇਖ ਲਓ, ਦੋ ਸਿਲੰਡਰ ਇੰਜਨ 'ਚ ਸ਼ਾਇਦ ਤੁਹਾਨੂੰ ਅਗਲੀ ਵੀਡੀਓ 'ਚ ਟਰਬੋ ਵੀ ਸ਼ਾਇਦ ਦਿੰਦੇ, ਅਤੇ ਫਿੱਟ ਕਰਾਂਗੇ ਆਪਾਂ ਦੋ ਸਿਲੰਡਰ 'ਤੇ। ਠੀਕ ਆ, ਦੇਖ ਲਓ, ਲਓ ਜੀ ਇਹ ਤਾਂ ਫਿੱਟ ਹੋ ਜੂਗਾ, ਅੱਜ ਤੁਹਾਨੂੰ ਇਹਦੀ ਵਲੋਗ ਆ ਜੂਗਾ। ਲਓ ਜੀ ਆ ਛੱਤਰੀ ਵੇਖ ਲਓ ਕਨੇਡਾ ਦੀ, ਇਹ ਬੂਫਰ ਹੋਏ, ਰੈਂਪ ਲੱਗਾ ਪੂਰੇ, ਦੋ ਬੰਨੇ ਸਪੀਕਰ ਲੱਗੇ ਹੋਏ, ਐਲ ਈ ਡੀ ਲਾਈਟਾਂ ਉੱਤੇ ਲੱਗੀਆਂ ਹੋਈਆਂ। ਵਾਹ ਵੀ ਵਾਹ, ਮੁੰਡੇ ਨੇ ਸ਼ੌਂਕੀ ਪੂਰਾ ਇਹਦੀ ਤਾਂ ਲਵਾਂਗੇ ਆਪਾਂ, ਜੇ ਆਪਾਂ ਕੱਲ੍ਹ ਨੂੰ ਇਹਨੂੰ ਸ਼ਾਇਦ ਟੈਸਟ ਵੀ ਕਰੀਏ ਇਹਨੂੰ ਆਪਾਂ ਕੱਲ੍ਹ ਤੀਕਰ ਬਣਿਆ ਪਿਆ ਪੂਰਾ ਰੈਡੀ ਹੈ ਟਰੈਕਟਰ, ਮਗਰ ਆਡੇ ਕਰਾ ਕੇ ਆਪਾਂ ਲਾ ਗਏ ਅਤੇ ਇਹਨੂੰ ਆਪਾਂ ਰੈਡੀ ਕਰਾਂਗੇ। ਜਲਦੀ ਆ ਪਿਆ ਡਾ ਛੇਤੀ ਪਤੰਗ, ਫਿਰ ਅੱਜ ਪਤਾ ਲੱਗ ਜੇ ਆਉਣਾ ਮੈਂ, ਮਿੰਟ ਮਾਰ। ਚਲੋ ਜੀ ਅੱਜ ਦਾ ਵਲੋਗ ਇੱਥੇ ਖਤਮ ਕਰਦੇ ਹਾਂ ਜੀ, ਸਾਰਾ ਵਿਊ ਚੈੱਕ ਕਰ ਸਕਦੇ ਲੱਗੇ ਹੋਏ ਜੀ। ਉਹ ਲੱਗਾ ਸਾਡਾ ਮੋਟੂ, ਉਹ ਖੁੱਲਦਾ ਸਕਾਟ, ਓਕੇ ਬਾਏ। ਅੱਜ ਲਈ ਵੀਡੀਓ ਇੱਥੇ ਖਤਮ ਹੁੰਦੀ ਆ, ਨੈਕਸਟ ਵਲੋਗ 'ਚ ਤੁਹਾਨੂੰ ਇੱਕ ਟਰਬੋ ਕੀਤਾ ਹੋਇਆ ਤੁਹਾਨੂੰ ਵਿਖਾਵਾਂਗੇ ਆਪਾਂ। ਓਕੇ ਬਾਏ।